ਕੋਈ ਉਦਮ ਨਹੀਂ ਹੈ। ਇਸ ਕਰਕੇ ਪਾਤਸ਼ਾਹ ਜੀ ਨੇ ਰਚਨ ਕਹੇ ਨੇ, ਬੀਬਰਵਾਜ ਪਾਤਸ਼ਾਹ ਕਹਿੰਦੇ ਨੇ, ਜੇ ਤੂੰ ਕੁਝ ਕੱਢਣਾ ਚਾਹੁੰਦਾ ਹੈ ਆਪਣੇ ਜੀਵਨ ਦੇ ਵਿੱਚ, ਫਿਰ ਸੰਗਤ ਕਰਿਆ ਕਰ, ਗੁਰੂ ਦੀ ਸੰਗਤ ਕਰਿਆ ਕਰ, ਗੁਰੂ ਦੇ ਪਿਆਰਿਆਂ ਦੀ ਸੰਗਤ ਕਰਿਆ ਕਰ। ਨਾਮ ਦੇ ਨਾਲ ਜੁੜਿਆ, ਨਾਮ ਨਾਲ ਜੁੜ ਕੇ ਜਦੋਂ ਜਿਹੜਾ ਕੋਈ ਨਾਮ ਜਪਦਾ ਹੈ, ਪਾਤਸ਼ਾਹ ਰੋਜ਼ ਸਮਝਾਉਂਦੇ ਨੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਾਮ ਕੈ ਸੰਗ। ਉਹ ਨਾਮ ਦੇ ਰੰਗ ਦੇ ਨਾਲ ਮਤ ਜਿਹੜੀ ਮੈਲੀ ਹੋਈ ਹੋਈ ਹੈ, ਪਾਤਸ਼ਾਹ ਕਹਿੰਦੇ ਪਵਿੱਤਰ ਹੋ ਜਾਂਦੀ ਹੈ। ਸ਼ਾਂਤੀ ਕਦੇ ਪ੍ਰਾਪਤ ਨਹੀਂ ਹੁੰਦੀ ਹੈ। ਸ਼ਾਂਤੀ ਕਦੋਂ ਪ੍ਰਾਪਤ ਹੋਵੇਗੀ? ਮਨ ਸ਼ਾਂਤ ਨਾ ਹੋਵੇਗੀ, ਮਨ ਸ਼ਾਂਤ ਨਾ ਹੋਵੇਗੀ ਬਿਨਾ ਹਰੀ। ਨਾਮ ਤੋਂ ਬਿਨਾਂ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਹੈ।
ਨਾਮ ਮਿਲਦਾ ਕਿਉਂ ਹੈ? ਕੇਵਲ ਤੇ ਕੇਵਲ ਇੱਕੋ ਕਿਰਪਾ ਗੁਰੂ ਕਰਦਾ ਹੈ, ਗੁਰੂ ਨਾਮ ਦੇ ਨਾਲ ਜੋੜਦਾ ਹੈ। ਨਾਮ ਦੀ ਦਾਤ ਗੁਰੂ ਤੋਂ ਮਿਲਦੀ ਹੈ ਤੇ ਗੁਰੂ ਦੇ ਕੋਲ ਬੈਠ ਕੇ ਗੁਰੂ ਦੀ ਸੰਗਤ ਕਰਕੇ ਬਾਤ ਸੰਗਤ ਦੇ ਸੋਝੀ ਆਉਂਦੀ ਹੈ। ਇਸੇ ਕਰਕੇ ਸਤਿਗੁਰੂ ਜੀ ਸਾਨੂੰ ਰੋਜ਼ ਕਿਰਪਾ ਕਰਕੇ ਸਮਝਾਉਂਦੇ ਨੇ, ਰੋਜ਼ ਰਾਜ ਸਾਹਿਬ ਜੀ ਦੇ ਵਿੱਚ ਕਿਰਪਾ ਕਰਦੇ ਨੇ, ਪਾਤਸ਼ਾਹ ਰੋਜ਼ ਵਚਨ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ ਨਿਰਸਾਹ ਸੰਗਤ ਭਜ ਕੇਵਲ ਨਾਮ, ਕਹਿੰਦੇ ਸੰਗਤ ਦੇ ਵਿੱਚ ਜੁੜ ਜਾ, ਸੰਗਤ ਦੇ ਵਿੱਚ ਮਿਲ ਜਾ, ਆਉਣਾ ਵੱਖਰੀ ਗੱਲ ਹੈ। ਆਏ ਤੇ ਬੜੇ ਨੇ ਮਾਫ ਕਰਨਾ ਸੱਚ ਤੋੜਾ ਹੁੰਦਾ ਹੈ, ਆਉਣ ਵਾਲਿਆਂ ਦੀ ਪਾਤਸ਼ਾਹ ਕਹਿੰਦੇ ਕਮੀ ਨਹੀਂ ਹੈ ਇੱਥੇ ਬੜੇ ਆਉਂਦੇ ਨੇ, ਪਰੰਤੂ ਲਾਹਾ ਦਿੰਦੇ ਖੱਟਣਗੇ। ਜਿਹੜੇ ਸੰਗਤ ਦੇ ਵਿੱਚ ਮਿਲ ਜਾਣਗੇ, ਆਉਣਾ ਤਨ ਕਰਕੇ ਹੁੰਦਾ ਹੈ, ਪੈਰਾਂ ਦੇ ਨਾਲ ਚੱਲ ਕੇ ਆ ਗਏ ਹਾਂ ਤੇ ਆਉਣਾ ਤਨ ਕਰਕੇ ਤਨ ਹਾਜ਼ਰ ਹੋ ਗਿਆ, ਸਫਲਤਾ ਮਨ ਕਰਕੇ ਹੋਣੀ ਹੈ, ਹਾਜ਼ਰੀ ਮਨ ਕਰਕੇ ਲੱਗਣੀ ਹੈ। ਇਸੇ ਕਰਕੇ ਸਤਿਗੁਰਾਂ ਨੇ ਆਉਣ ਦੇ ਬਾਰੇ ਹੀ ਕਿਹਾ ਹੈ ਕਿ ਭਾਈ ਸੰਗਤ ਵਿੱਚ ਆਓ। ਪਾਤਸ਼ਾਹ ਕਹਿੰਦੇ ਮਿਲ ਸਾਧ ਸੰਗਤ, ਪਾਤਸ਼ਾਹ ਕਹਿੰਦੇ ਮਿਲ ਜਾ ਸੰਗਤ ਵਿੱਚ। ਮਾਫ ਕਰਨਾ ਸਾਡੀਆਂ ਤੇ ਗੱਲਾਂ ਨਹੀਂ ਮੁੱਕਦੀਆਂ, ਅਸੀਂ ਤੇ ਇਹ ਕਈ ਵਾਰ ਤੇ ਇੰਝ ਲੱਗਦਾ ਹੁੰਦਾ ਹੈ ਕਿ ਸਾਨੂੰ ਗੱਲਾਂ ਕਰਨ ਵਾਸਤੇ ਥਾਂ ਹੀ ਇਹ ਮਿਲਦੀ ਹੈ, ਹੋਰ ਸ਼ਾਇਦ ਥਾਂ ਹੀ ਨਾ ਮਿਲੇ ਕਿਤੇ, ਜਦਕਿ ਸੰਗਤ ਵਿੱਚ ਆ ਕੇ ਗੱਲਾਂ ਨਹੀਂ ਹੁੰਦੀਆਂ। ਸੰਗਤ ਦੇ ਵਿੱਚ ਦੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਭਜ ਕੇਵਲ ਨਾਮ। ਇੱਥੇ ਤੇ ਕੇਵਲ ਸਤਿਗੁਰ ਪਾਤਸ਼ਾਹ ਕਹਿੰਦੇ ਨਾਮ ਦੀ ਗੱਲ ਕਰਨ ਦੀ ਗੱਲ ਹੀ ਨਾ ਕਰ ਕੋਈ। ਕੋਈ ਵੀ ਵਕਤਾ ਹੈ, ਕਥਾ ਕਰਦਾ, ਕੀਰਤਨ ਕਰਦਾ ਹੈ, ਉਹ ਸਾਨੂੰ ਨਾਮ ਦੇ ਨਾਲ ਜੋੜ ਰਿਹਾ, ਨਾਮ ਦੀ ਗੱਲ ਸੁਣਾ ਰਿਹਾ, ਗੁਰੂ ਦੀ ਗੱਲ ਸੁਣਾ ਰਿਹਾ ਹੈ ਤੇ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਉਹਦੇ ਨਾਲ। ਸੰਸਾਰਿਕ ਗੱਲਾਂ ਤੇ ਸਾਰੀ ਉਮਰ ਲੰਘ ਜਾਂਦੀ ਹੈ, ਕਦੇ ਖੁਸ਼ੀਆਂ ਨਹੀਂ ਹੋਈਆਂ ਪਿਆਰਿਓ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਨਾ ਤੇ ਕੰਨ ਲੱਗਦੇ ਨੇ